पंजाब में दिन ब दिन लूट की वारदातें बढ़ रही हैं। अमृतसर में तीन बंदूकधारी युवकों की ओर से मनी एक्सचेंज ऑफिस में घुसकर हजारों की नकदी और मोबाइल छीन लिए गए वहीं यह सारी घटना उस दुकान में लगे सीसीटीवी कैमरे में कैद हो गई। वहीं मौके पर पहुंची पुलिस ने केस दर्ज कर आगे की जाँच शुरू कर दी है ਅਜਵਲਾਂ ਨੇ ਮਨਿਕਸਟੇ ਤੋਂ ਸਲੇਚਿੰਗ ਕੀਤੀ ਹੈ ਜਿਸ ਦੇ ਬਾਰੇ ਅਸੀਂ ਇੱਥੇ ਤਸਦੀਕ ਲਈ ਆਏ ਹਾਂ ਸਾਨੂੰ ਕਾਫੀ ਅਹਿਮ ਸਬੂਤ ਮਿਲੇ ਹੈ ਔਰ ਅਸੀਂ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਂਗੇ ਔਰ ਇਹਦੇ ਵਿੱਚ ਮੈਂ ਮੀਡੀਆ ਨੂੰ ਵੀ ਰਿਕਵੈਸਟ ਕਰੂੰਗਾ ਵੀ ਅਸੀਂ ਉਹਨਾਂ ਨੂੰ ਲੱਗ ਤੋਂ ਬੁਲਾ ਕੇ ਕੁਝ ਕਹਾਂਗੇ ਸਾਡੀ ਇੱਥੇ ਵੀ ਤੁਸੀਂ ਵੀ ਹੈਲਪ ਕਰੋ ਥੈਂਕ ਯੂ ਸਰ ਕੋਈ ਫੁਟੇਜ ਕੋਈ ਆਈ ਹੈ ਹਾਂ ਉਹ ਤੁਸੀਂ ਵੀ ਦੇਖ ਲਈ ਹੈ ਤੁਸੀਂ ਵੀ ਸਾਰੀ ਫੁਟੇਜ ਲੈ ਲਈ ਹੈ ਔਰ ਕਾਫੀ ਸਾਨੂੰ ਕੁਆਲਿਟੀ ਹੋ ਗਈ ਹੈ ਉਸ ਲਈ ਇੱਕ ਦੋ ਦਿਨ ਚ ਅਸੀਂ ਕਲੀਅਰ ਕਰਾਂਗੇ